ਤਸਵੀਰ 'ਚ ਨਜ਼ਰ ਆ ਰਿਹਾ ਇਹ ਨੌਜਵਾਨ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ, ਪਰ ਕਾਤਲਾਂ ਨੇ ਇਸ ਨੂੰ ਬਹੁਤ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਨੂੰ ਬੋਰੀ ਦੇ ਵਿੱਚ ਬੰਨ ਕੇ ਇੱਕ ਰਾਜਵਾਹੇ ਦੇ ਨੇੜੇ ਸੁੱਟ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਦੋਂ ਮਾਪਿਆਂ ਨੂੰ ਆਪਣੇ ਪੁੱਤ ਦੀ ਲਾਸ਼ ਬਰਾਮਦ ਹੋਈ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਇਹ ਮਾਮਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅਧੀਨ ਆਉਂਦੇ ਪਿੰਡ ਰਣਜੀਤ ਬਾਗ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਦੀ ਲਾਸ਼ ਇੱਕ ਰਾਜਵਾਹੇ ਦੇ ਨੇੜਿਓਂ ਮਿਲੀ, ਜਿਸਦੀ ਲਾਸ਼ ਬੋਰੀ ਦੇ ਵਿੱਚ ਬੁਰੀ ਤਰ੍ਹਾਂ ਤੁੰਨੀ ਹੋਈ ਸੀ ਤੇ ਨੌਜਵਾਨ ਨੂੰ ਬੁਰੀ ਤਰ੍ਹਾਂ ਬੋਰੀ ਦੇ ਵਿੱਚ ਬੰਨ ਕੇ ਇੱਥੇ ਸੁੱਟਿਆ ਹੋਇਆ ਸੀ। ਤੇ ਜਦੋਂ ਮਾਪਿਆਂ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਮਾਪੇ ਮੌਕੇ ਤੇ ਇਸ ਘਟਨਾ ਸਥਾਨ ਤੇ ਪਹੁੰਚੇ ਅਤੇ ਆਪਣੇ ਪੁੱਤ ਦੀ ਲਾਸ਼ ਨੂੰ ਵੇਖਿਆ, ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਨਾਮ ਰੋਹਿਤ ਕੁਮਾਰ ਹੈ, ਜਿਸਦੀ ਉਮਰ ਮਹਿਜ਼ 18 ਸਾਲ ਦੀ ਹੈ। ਦੱਸਣਾ ਬਣਦਾ ਹੈ ਕਿ ਨੌਜਵਾਨ ਲਾਪਤਾ ਸੀ, ਜਿਸਦੀ ਭਾਲ ਦੇ ਵਿੱਚ ਪਰਿਵਾਰ ਅਤੇ ਪੁਲਿਸ ਜੁਟੀ ਹੋਈ ਸੀ। ਤੇ ਜਦੋਂ ਸੰਬੰਧਿਤ ਵਿਭਾਗ ਦੇ ਕਰਮਚਾਰੀ ਇਸ ਰਜਵਾਹੇ ਦੇ ਨੇੜੇ ਪਹੁੰਚੇ ਤਾਂ ਸ਼ੱਕੀ ਹਾਲਾਤਾਂ ਦੇ ਵਿੱਚ ਬੋਰੀ ਵੇਖੀ ਗਈ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ। ਲੋਕਾਂ ਵੱਲੋਂ ਇਸ ਬੋਰੀ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਬੋਰੀ ਦੇ ਵਿੱਚੋਂ ਨੌਜਵਾਨ ਦੀ ਲਾਸ਼ ਵੇਖਣ ਨੂੰ ਮਿਲੀ। ਅਤੇ ਜਦੋਂ ਇਸ ਸੰਬੰਧੀ ਕੁਝ ਨੌਜਵਾਨਾਂ ਨੂੰ ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਹੋਈ, ਜਿਸ ਤੋਂ ਬਾਅਦ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ। ਪਰਿਵਾਰ ਵੱਲੋਂ ਹੁਣ ਕਤਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਤੇ ਪਰਿਵਾਰ ਨੇ ਹੁਣ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਕੀ ਲੱਗਦਾ ਸੀ ਮੇਰਾ ਬੇਟਾ ਜੀ? ਕੀ ਗੱਲ ਹੋ ਗਈ ਜੀ? ਇਹ ਪਤਾ ਨਹੀਂ, ਮੈਨੂੰ ਕੋਈ ਫੋਨ ਦਾ ਦੋਸਤ ਆ ਗਿਆ ਹੈ, ਕਹਿੰਦੇ ਇੱਥੇ ਰੌਲਾ ਪਿਆ ਵਾ, ਰੌਲਾ ਪਿਆ ਵਾ ਵੀ ਕੋਈ ਕਿਸੇ ਨੂੰ ਚੁੱਕ ਕੇ ਲੈ ਗਏ, ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਉਣ ਦਿਆ ਸੀ ਝੰਡੇ ਚੱਕ, ਮੈਂ ਉੱਥੋਂ ਦੌੜਾ ਹੀ ਆਇਆ, ਘਰ ਆ ਕੇ ਪੁੱਛਿਆ, ਘਰ ਦੇ ਕਹਿੰਦੇ ਨੀ ਲੱਭਾਂ, ਸੌ ਵੱਲ ਨੂੰ ਵੇਲੀਆਂ ਨੂੰ ਗਏ ਆ, ਉੱਥੇ ਰਸਤੇ ਚ ਕਿਸੇ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਵੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਬੋਰੀ ਚ ਪਾਇਆ ਦਾ, ਪਤਾ ਨੀ ਕੌਣ ਆ, ਕੁੜੀ ਆ ਕਿ ਮੁੰਡਾ ਵਾ, ਮੈਂ ਕਿੱਧਰ ਨੂੰ ਗਏ, ਕਹਿੰਦੇ ਇੱਧਰ ਨੂੰ, ਮੈਂ ਪਤਾ ਕੌਣ ਆ, ਕਹਿੰਦੇ ਮੁੰਡਾ ਇੱਕ। ਅਸੀਂ ਫਿਰ ਉਹਨਾਂ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ, ਹੌਲੀ ਹੌਲੀ ਫੋਟੋ ਕੱਢੀ ਤੇ ਘਰ ਚੱਲ ਗਏ, ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਏਦਾਂ ਏਦਾਂ ਗੱਲ ਆ, ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲਜ ਗਿਆ ਹੋਇਆ, ਸਵੇਰ ਦਾ ਕਾਲਜ ਗਿਆ ਹੋਇਆ ਵਾ। ਠੀਕ ਹੈ ਜੀ, ਚਲੋ ਠੀਕ ਆ, ਉੱਥੇ ਰੌਲਾ ਪੈ ਗਿਆ, ਬੰਦੇ ਇਕੱਠੇ ਹੋ ਗਏ, ਗੱਲਾਂ ਕਰਦੇ ਕਰਦੇ ਮੁੜ ਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਵੀ ਤੂੰ ਕਿੱਥੇ ਆ, ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਹੋਇਆ, ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਹੈ, ਇਕੱਲਾ ਹੀ ਆ ਮੇਰਾ ਪੁੱਤਰ। ਕਿੰਨੀ ਉਮਰ ਸੀ? 18 ਸਾਲ ਜੀ, ਹੁਣ ਹੋਇਆ 18 ਸਾਲਾਂ ਦਾ। ਹੁਣ ਪੁਲਿਸ ਕਾਰਵਾਈ ਕੀਤੀ? ਪੁਲਿਸ ਆਈ ਆ ਜੀ, ਉਹ ਲੱਗੀ ਆ ਕਾਰਵਾਈ, ਉਦੋਂ ਦੇ ਲੱਗੇ ਹੋਏ ਆ, ਉਦੋਂ ਦੇ ਦੌੜ ਭੱਜ ਕਰਨ ਦੇ ਜੀ। ਦੇਖੋ ਹਾਲ ਤੇ ਇਨਸਾਫ ਚਾਹੀਦਾ, ਪਾਪਾ ਉਹਦੀ ਹੋ ਜਾ, ਪਾਪਾ ਪਰਸੀ ਉਹਦੀ ਹੋ ਜਾ, ਵੇਖ ਲਾ ਪੁੱਤ ਨੂੰ। ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦੇਰ ਪਹਿਲਾਂ ਹੀ ਸਾਡੇ ਚੌਂਕੀ ਇੰਚਾਰਜ ਨੂੰ ਵੀ ਇੱਥੇ ਇੱਕ ਡੈਡ ਬੋਡੀ ਪਈ ਹੈ। ਅਸੀਂ ਮੌਕੇ ਤੇ ਆਏ ਆ, ਇੱਕ ਲੜਕਾ ਆ ਰੋਹਿਤ ਨਾਂ ਦਾ, ਉਹਦੀ ਡੈਡ ਬੋਡੀ ਆ, ਦਾਖਲੇ ਪਿੰਡ ਦਾ ਰਹਿਣ ਵਾਲਾ ਆ, ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਹੈ, ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਹੈ, ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆ। ਕਿਹਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ? ਦਾਖਲੇ ਪਿੰਡ ਦਾ। ਕਿੰਨੀ ਕੁ ਸਾਲ ਉਮਰ ਹੋਈ ਜੀ? ਇਹ 18 ਸਾਲ ਦੀ ਏਜ ਆ ਜੀ। ਹੁਣ ਕੀ ਅੱਗੇ ਕਾਰਵਾਈ ਕੀਤੀ? FIR ਦਰਜ ਕਰਾਂਗੇ ਜੀ ਮਰਡਰ ਦੀ, ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਂ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਉਹਨਾਂ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਜੀ? ਕੋਈ ਅਜੇ ਦੱਸ ਰਹੇ ਆ ਜੀ, ਪੁੱਛ ਰਹੇ ਆ ਜੀ, ਗੱਲਬਾਤ ਚੱਲ ਰਹੀ ਹੈ।